ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਆਇਆ ਸੀ ਸ਼ਹਿਰ ਸਮਰਾਲੇ। ਇੱਥੇ ਅੱਜ ਲੇਖਕ ਮੰਚ ਸਮਰਾਲਾ ਵੱਲੋਂ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ। ਆਓ ਤੁਹਾਨੂੰ ਉਸ ਪ੍ਰੋਗਰਾਮ ਦੀਆਂ ਝਲਕੀਆਂ ਦਿਖਾਉਂਦੇ ਹਾਂ, ਤੁਹਾਨੂੰ ਪ੍ਰੋਗਰਾਮ ਦਿਖਾਉਂਦੇ ਹਾਂ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਹੋ ਸਕੇ ਤਾਂ ਲਾਇਕ ਸ਼ੇਅਰ ਅਤੇ ਕਮੈਂਟ ਵੀ ਜ਼ਰੂਰ ਕਰਨਾ ਜੀ। ਸੋ ਚਲੋ ਫਿਰ ਚੱਲਦੇ ਹਾਂ। ਲੇਖਕ ਮੰਚ ਸਮਰਾਲਾ ਵੱਲੋਂ ਕਰਾਏ ਜਾ ਰਹੇ ਪ੍ਰੋਗਰਾਮ ਨੂੰ ਦੇਖਦੇ ਹਾਂ। ਇੱਕ ਵਾਰੀ ਆਪਾਂ ਜਦੋਂ ਇਹ ਕਿਤਾਬਾਂ ਸਾਰੀਆਂ ਸਾਹਮਣੇ ਹੋਣਗੀਆਂ ਜੀ ਜੀ ਪਰਮਜੀਤ ਜੀ, ਮੈਂ ਤਾਂ ਪਹਿਲਾਂ ਹੀ ਜਿਹੜਾ ਹੈ ਤੁਹਾਡੀ ਜਦੋਂ ਤੁਸੀਂ ਆਏ ਨਹੀਂ ਸੀ ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਇੱਕ ਰਿਹਰਸਲ ਦੇ ਉੱਤੇ ਜਦੋਂ 15-16-20 ਕਲਾਕਾਰ ਇਕੱਠੇ ਹੁੰਦੇ ਨੇ, ਕੇਵਲ ਭਾਜੀ ਨੂੰ ਪਤਾ ਕਿ ਫਿਰ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਡਾਇਰੈਕਟਰ ਮੈਨੇਜ ਕਰਦਾ ਹੈ ਉਹਨਾਂ ਦੇ ਖਾਣ ਪੀਣ ਦਾ, ਚਾਹ ਦਾ, ਸਾਰੇ ਦਾ ਸਾਰਾ। ਅਤੇ ਆਪਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਈਏ, ਕਿਤਾਬਾਂ ਕਿ ਰਸਤੀ ਵੀ ਕਰ ਲਓ ਵੀ। ਸੋ ਅੱਜ ਜਿਹੜਾ ਹੈ ਸਾਡੇ ਲਈ ਸੱਚੀ ਵੱਡਾ ਦਿਨ ਹੈ, ਬੜਾ ਮੁਬਾਰਕ ਦਿਨ ਹੈ। ਜਗਦੀਸ਼ ਖੰਨਾ ਹੋਰਾਂ ਦਾ ਤੱਕ ਪਹੁੰਚ ਰਹੀ ਹੈ ਕਿ ਹੁਣ ਤੇ ਸਾਡੇ ਇੱਕ ਕਸ਼ਟ ਤੇ ਉਹਦਾ ਨਿਵਾਰਨ ਨਾਟਕਾਂ 'ਚ ਪਿਆ। ਇੱਕ ਕਸ਼ਟ ਜਿਹੜਾ ਸਾਡਾ ਸੀ ਉਹਨੂੰ ਟੈਕਲ ਕਿਵੇਂ ਕੀਤਾ, ਉਸ ਦੇ ਵਿੱਚੋਂ ਇੱਕ
ਦੁਬਾਰਾ ਸੁਸਾਇਟੀ ਨੂੰ ਯੂਨਾਈਟ ਕਰਨ ਦਾ, ਉਹਨਾਂ ਵਿੱਥਾਂ ਨੂੰ ਪੂਰੀਆਂ ਕਰਨ ਦਾ, ਦੋਨੇ ਨਾਟਕਾਂ 'ਚ ਜਿਹੜੀ ਨਾਟਕ ਦੀ ਯਾਤਰਾ ਉਹ ਇੱਧਰ ਵੀ ਜਾਂਦੀ ਆ ਕਿ ਸਥਿਤੀਆਂ ਕਿਵੇਂ ਸਾਨੂੰ ਨਖੇੜਦੀਆਂ ਨੇ, ਉਹ ਪੱਧਰ ਜਾਤ ਪਾਤ 'ਤੇ ਆ, ਉਹ ਕਰੋਨਾ ਵੇਲੇ ਕਿੰਨਾ ਕੁਛ ਬਦਲ ਜਾਂਦਾ। ਇਹਦੇ ਬਾਰੇ ਇੱਕ ਮੈਂ ਪੰਜ ਸੱਤ ਕੇ ਦਸ ਕਵਿਤਾਵਾਂ ਲਿਖੀਆਂ, ਉਹ 'ਚ ਇੱਕ ਕਵਿਤਾ ਸੀ ਕਿ ਜਿਹੜੀ ਮਾਂ ਦੀ ਡੈਥ ਹੋ ਜਾਂਦੀ ਆ ਅਤੇ ਜਿਹੜੇ ਬੇਟੇ ਨੇ ਉਹ ਜਦੋਂ ਕਾਨੀ ਬਣਦੇ ਆ ਤਾਂ ਉਹ ਕਮਰੇ ਦੇ ਚਾਰੇ ਪਾਸਿਆਂ 'ਤੇ ਹੋ ਕੇ ਬੈਠ ਜਾਂਦੇ, ਉਹ ਇੱਕ ਦੂਜੇ ਨਾਲ ਬੈਗ ਨਾਲ ਬੈਗ ਜੋੜ ਕੇ ਨਹੀਂ ਬੈਠਦੇ, ਉਹ ਆਪਣੀ ਮਾਂ ਨੂੰ ਵਿਦਾ ਨਹੀਂ ਕਰਦੇ। ਬਸ ਉਹਦੇ ਖਿਆਲ ਨੂੰ ਕਿ ਸਾਡੀ ਮਾਂ ਹੈ ਸੀ ਪਹਿਲਾਂ ਅਤੇ ਹੁਣ ਸੀ ਆ, ਉਸ ਖਿਆਲ ਨੂੰ ਵਿਦਾ ਕਰਦੇ ਆ। ਸੋ ਇਹਨੇ ਸਾਨੂੰ ਇੰਨੇ ਕਸ਼ਟ ਦਿੱਤੇ ਉਸ ਸਮੇਂ ਨੇ, ਉਸ ਗੱਲ ਨੂੰ ਉੱਥੋਂ ਸ਼ੁਰੂ ਕਰਕੇ ਇਹ ਉਹ ਦੋ ਗੁਆਂਢੀਆਂ ਨੂੰ ਵਾਪਸ ਉਸੇ ਸਥਿਤੀ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਨੇ, ਅਤੇ ਦੂਸਰੇ ਪਾਸੇ ਇੱਕ ਮਾਂ ਨੂੰ ਇਹ ਰਿਲਾਈਜ਼ ਹੁੰਦਾ ਕਿ ਮੈਂ ਹੁਣ ਤੱਕ ਜੋ ਕੁਛ ਕੀਤਾ ਉਹ ਮੇਰੀ ਇਹ ਲਾਲਚੀ ਔਲਾਦ ਨੇ ਮੈਨੂੰ ਕਿੱਥੇ ਤੱਕ ਪਹੁੰਚਾਤਾ। ਉਹਦੇ 'ਚ ਇੱਕ ਨਵਾਂ ਫੈਸਲਾ ਲੈਂਦੀ ਹੈ, ਇੱਕ ਨਵਾਂ ਪਰਿਵਾਰ ਬਣਾਉਂਦੀ ਹੈ, ਆਪਣਾ ਪਹਿਲਾਂ ਪਰਿਵਾਰ ਛੱਡ ਕੇ ਇੱਕ ਨਵੇਂ ਪਰਿਵਾਰ ਨੂੰ ਉਹ ਕ੍ਰੀਏਟ ਕਰਦੀ ਹੈ ਜਿਹੜੀ ਉਹਨਾਂ ਦੇ ਘਰ ਨੌਕਰਾਣੀ ਹੈ, ਕੰਮ ਕਰਦੀ ਹੈ, ਜਿਹੜਾ ਉਹ ਹਿਊਮੈਨਿਟੇਰੀਅਨ ਮਨੁੱਖੀ ਜਿਹੜੇ ਉਹਦੀਆਂ ਭਾਵਨਾਵਾਂ ਨੇ, ਜਿਸ ਕਰਕੇ ਉਹਦੇ ਬੱਚੇ ਉਹਨੂੰ ਰੋਟੀ ਨਹੀਂ ਦਿੰਦੇ ਪਰ ਉਹ ਨੌਕਰਾਣੀ ਆਪਣੇ ਘਰੋਂ ਜੋ ਵੀ ਰੁੱਖੀ ਸੁੱਖੀ ਉਹਦੇ ਲਿਆ ਕੇ ਉਹਨੂੰ ਦਿੰਦੀ ਹੈ। ਸੋ ਉੱਥੇ ਪਰਿਵਾਰ ਦੀ ਇੱਕ ਨਵੀਂ ਬਣਤਰ ਬਣਦੀ ਹੈ ਜਿਹੜੀ ਕਿ ਮੁਹੱਬਤ ਦੀ ਬਣਤਰ ਹੈ। ਉਹ ਪਰਿਵਾਰ ਹੈ ਜਿਹੜਾ ਨਵਾਂ ਬਣਿਆ, ਜਿਹਦੇ ਵੱਲ ਉਹ ਆਪਣੇ 20-22 ਲੱਖ ਦਾ ਚੈੱਕ ਲੈ ਕੇ ਉਹ ਆਪਣੇ ਪੁੱਤ ਨੂੰ ਛੱਡ ਕੇ ਉਸਨੂੰ ਕਹਿੰਦੇ ਵੀ ਆਪਣੇ ਲਈ ਇੰਨੇ ਕੁ ਪੈਸੇ ਕਾਫੀ ਹੋਣਗੇ ਨਵਾਂ ਘਰ ਬਣਾਉਣ ਲਈ, ਇੱਕ ਨਵੀਂ ਜ਼ਿੰਦਗੀ ਜਿਉਣ ਲਈ। ਉਸ ਤੋਂ ਪਹਿਲਾਂ ਕਹਿੰਦੇ ਵੀ ਮੈਂ ਤੇਰੇ ਨਾਲ ਲੋਕਾਂ ਦਾ ਕੰਮ ਵੀ ਕਰੂੰਗੀ ਕਿ ਤੂੰ ਮੈਨੂੰ ਕੱਢ ਲਾ। ਅਖੀਰ ਜਦੋਂ ਉਹ ਕੋਲ ਇੱਕ ਪੈਸਾ ਆ ਜਾਂਦਾ ਫਿਰ ਉਹ ਕਹਿੰਦੇ ਵੀ ਆਪਾਂ ਰਲ ਕੇ ਘਰ ਬਣਾਉਂਦੇ, ਇੱਕ ਨਵਾਂ ਪਰਿਵਾਰ ਬਣਦਾ। ਸੋ ਇਹਨਾਂ ਦੋਨਾਂ ਨਾਟਕਾਂ ਦੇ ਵਿੱਚ ਇਹਨਾਂ ਨੇ ਜਿਹੜੀ ਸਥਿਤੀ ਵੱਲ ਯਾਤਰਾ ਕੀਤੀ ਅਤੇ ਜਿੱਥੇ ਜਾ ਕੇ ਸਾਨੂੰ ਇੱਕ ਜਿਹਨੂੰ ਅਸੀਂ ਮੈਸੇਜ ਵੀ ਕਹਿ ਰਹੇ ਹਾਂ ਉਹਦੀਆਂ ਪੂਰੀਆਂ ਟੈਕਨੋਲੋਜੀ ਮੁਦਰੀਆਂ ਵਰਤ ਗਈਆਂ ਨੇ, ਪਰ ਇਹਨਾਂ ਨੇ ਸੁਸਾਇਟੀ ਨੂੰ ਉਹਦੀਆਂ ਤੇੜਾਂ ਨੂੰ ਵੀ ਭਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਦੂਸਰੇ ਪਾਸੇ ਇੱਕ ਪਰਿਵਾਰ ਦੇ ਵਿੱਚੋਂ ਜਿੱਥੇ ਇਹਨਾਂ ਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ, ਉਹਦੇ 'ਚ ਉਹਨਾਂ ਨੇ ਇੱਕ ਨਵਾਂ ਪਰਿਵਾਰ ਜਨਰੇਟ ਕੀਤਾ। ਸੋ ਇਹ ਬਹੁਤ ਖੂਬਸੂਰਤ ਗੱਲਾਂ ਨੇ ਜਿਹੜੀਆਂ ਇਹਦੇ 'ਚ ਨਾਟਕਾਂ ਦੇ ਵਿੱਚ ਹੁੰਦੀਆਂ ਨੇ। ਅਤੇ ਉਸ ਤੋਂ ਬਾਅਦ ਗਰੇਵਾਲ ਸਾਹਿਬ ਜਦੋਂ ਆਉਂਦੇ ਨੇ ਅਤੇ ਉਹ ਅਸੀਂ ਇਹਨਾਂ ਸਾਰੀਆਂ ਸਥਿਤੀਆਂ ਤੋਂ ਥੋੜ੍ਹਾ ਜਿਹਾ ਦੂਰ ਹੋ ਕੇ ਉਹਨੂੰ ਦੇਖਦੇ ਹਾਂ ਵੀ ਇਹ ਸਾਡੇ ਆ ਜਿਹੜੇ ਹੁਣ ਦੇ ਕਸ਼ਟ ਨੇ ਕਿਸ ਤਰ੍ਹਾਂ ਦੇ, ਇਹਨਾਂ ਦੇ ਸੋਲਿਊਸ਼ਨ ਸਾਡੇ ਕੋਲ ਕੀ ਹੋਣਗੇ। ਸੋ ਉਹਦੇ ਵਿੱਚੋਂ ਜਿਹੜੀ ਸਭ ਤੋਂ ਖੂਬਸੂਰਤ ਗੱਲ ਇਹ ਪੈਦਾ ਕਰਦੇ ਨੇ ਜਿਹਨਾਂ 'ਤੇ ਇਹਨਾਂ ਦੀ ਟੇਕ ਆ ਕਿ ਇਹਨਾਂ ਸਮਿਆਂ 'ਚ ਸਾਨੂੰ ਸਿਰਫ ਸਾਡੀ ਜਿਹੜੀ ਕ੍ਰੀਏਟਿਵਿਟੀ ਦੀ ਊਰਜਾ ਵਾ, ਸਾਨੂੰ ਵੱਡੇ ਅਤੇ ਨਵੇਂ ਸੁਪਨੇ ਲੈਣ ਦੀ ਜਿਹੜੀ ਸਾਡੀ ਸਮਰੱਥਾ, ਕੁਛ ਨਵਾਂ ਕਰਨ ਦੀ ਚਾਹਤ ਆ, ਉਹ ਵੀ ਸਾਨੂੰ ਸਾਡੀ ਸਰਵਾਈਵਲ ਦਾ ਉਹੀ ਕਾਰਨ ਬਣੇਗਾ। ਦਲਾਸੇ ਬਿਰਖ ਨੂੰ ਦੇ ਕੇ ਵਰਾਉਂਦੀ ਹੈ ਵਿਚਾਰੀ ਛਾਂ, ਦਿਲਾਸੇ ਬਿਰਖ ਨੂੰ ਦੇ ਕੇ ਵਰਾਉਂਦੀ ਹੈ, ਮੁਸਾਫਿਰ ਬੈਠ ਕੇ ਜਦ ਬਿਰਖ ਦੀ ਛਾਵੇਂ ਬਦਲ ਜਾਂਦੇ। ਸਾਡੀ ਉਮਰ ਜਿੰਨੀ ਵੀ ਬਚੀ ਸੌਖੀ ਗੁਜ਼ਰ ਜਾਂਦੀ। ਵਿਚਾਰੀ ਛਾਂ ਦਿਲਾਸੇ ਬਿਰਖ ਨੂੰ ਦੇ ਕੇ ਵਰਾਉਂਦੀ ਹੈ, ਵਿਚਾਰੀ ਛਾਂ ਦਿਲਾਸੇ ਬਿਰਖ ਨੂੰ ਦੇ ਕੇ ਵਰਾਉਂਦੀ ਹੈ, ਮੁਸਾਫਿਰ ਬੈਠ ਕੇ ਜਦ ਬਿਰਖ ਦੀ ਛਾਵੇਂ ਬਦਲ ਜਾਂਦੇ। ਸਾਡੀ ਉਮਰ ਜਿੰਨੀ ਵੀ ਬਚੀ ਸੌਖੀ ਗੁਜ਼ਰ ਜਾਂਦੀ।
ਸਾਡੀ ਉਮਰ ਜਿੰਨੀ ਵੀ ਬਚੀ ਸੌਖੀ ਗੁਜ਼ਰ ਜਾਂਦੀ, ਬਦਲਦੇ ਨਾ ਸੁਭਾਅ ਜੇਕਰ ਦਿਲੋਂ ਭਾਵੇਂ ਬਦਲ ਜਾਂਦੇ। ਮੇਰੇ ਲੇਖਕ, ਸਾਡੀ ਉਮਰ ਜਿੰਨੀ ਵੀ ਬਚੀ ਸੌਖੀ ਗੁਜ਼ਰ ਜਾਂਦੀ, ਸਾਡੀ ਉਮਰ ਜਿੰਨੀ ਵੀ ਬਚੀ ਸੌਖੀ ਗੁਜ਼ਰ ਜਾਂਦੀ, ਬਦਲਦੇ ਨਾ ਸੁਭਾਅ ਜੇਕਰ ਦਿਲੋਂ ਭਾਵੇਂ ਬਦਲ ਜਾਂਦੇ। ਮੇਰੇ ਲੇਖਾਂ ਦੀ ਰੰਗਤ ਵੀ ਕਿਸੇ ਗਿਰਗਿਟ ਤੋਂ ਘੱਟ ਥੋੜਾ, ਮੇਰੇ ਲੇਖਾਂ ਦੀ ਰੰਗਤ ਵੀ ਕਿਸੇ ਗਿਰਗਿਟ ਤੋਂ ਘੱਟ ਥੋੜਾ, ਜੇ ਤੂੰ ਆਵੇਂ ਬਦਲ ਜਾਂਦੇ, ਜੇ ਤੂੰ ਜਾਵੇਂ ਬਦਲ ਜਾਂਦੇ। ਇਹ ਗਜ਼ਲ ਦੇ ਕੁਛ ਸ਼ੇਰ ਨੇ ਕਿ ਉਦਾਸ ਹੋਵਾਂ ਖਿਆਲ ਮੇਰੇ ਉਡਾਰ ਹੁੰਦੇ, ਉਦਾਸ ਹੋਵਾਂ ਖਿਆਲ ਮੇਰੇ ਉਡਾਰ ਹੁੰਦੇ, ਪਰਾਏ ਅੰਬਰ ਚ ਉੱਡ ਕੇ ਇਹ ਬੇਕਰਾਰ ਹੁੰਦੇ। ਪਤਾ ਨਾ ਲੱਗਦਾ ਕਿ ਪਤਝੜਾਂ ਦਾ ਸਵਾਦ ਕੀ ਹੈ, ਪਤਾ ਨਾ ਲੱਗਦਾ ਕਿ ਪਤਝੜਾਂ ਦਾ ਸਵਾਦ ਕੀ ਹੈ, ਜੇ ਸਾਰੇ ਮੌਸਮ ਹੀ ਜ਼ਿੰਦਗੀ ਦੇ ਬਹਾਰ ਹੁੰਦੇ। ਜੇ ਜ਼ਿੰਦਗੀ ਵਿੱਚ ਤੁਸੀਂ ਨਾ ਆਉਂਦੇ ਭਲਾ ਹੀ ਹੁੰਦਾ, ਜੇ ਜ਼ਿੰਦਗੀ ਵਿੱਚ ਤੁਸੀਂ ਨਾ ਆਉਂਦੇ ਭਲਾ ਹੀ ਹੁੰਦਾ, ਨਾ ਆਪਾਂ ਮਿਲਦੇ ਨਾ ਐਵੇਂ ਖੱਜਲ ਖੁਆਰ ਹੁੰਦੇ। ਜੇ ਇਹਨਾਂ ਲੋਕਾਂ ਨੇ ਪੜ੍ਹ ਕੇ ਕੱਢਣੇ ਸੀ ਅਰਥ ਪੁੱਠੇ, ਜੇ ਇਹਨਾਂ ਲੋਕਾਂ ਨੇ ਪੜ੍ਹ ਕੇ ਕੱਢਣੇ ਸੀ ਅਰਥ ਪੁੱਠੇ, ਸੀ ਇਸ ਤੋਂ ਚੰਗਾ ਕਿ ਲੋਕ ਅਨਪੜ੍ਹ ਗਵਾਰ ਹੁੰਦੇ। ਅਸੀਂ ਹਾਂ ਆਸ਼ਿਕ ਲੁਟਾਉਣਾ ਖੁਦ ਨੂੰ ਸੁਭਾਅ ਹੈ ਸਾਡਾ, ਅਸੀਂ ਹਾਂ ਆਸ਼ਿਕ ਲੁਟਾਉਣਾ ਖੁਦ ਨੂੰ ਸੁਭਾਅ ਹੈ ਸਾਡਾ, ਲੁਟੇਰੇ ਹੁੰਦੇ ਤਾਂ ਤੈਨੂੰ ਲੁੱਟ ਕੇ ਫਰਾਰ ਹੁੰਦੇ। ਬਹੁਤ ਸ਼ੁਕਰੀਆ ਜੀ। ਇਹ ਗਜ਼ਲ ਤਰਨਮ ਚ, ਉਸ ਤੋਂ ਬਾਅਦ ਮੈਂ ਆਪਣੀ ਜਗ੍ਹਾ ਲੈ ਲਈ। ਕਿਸੇ ਦੇ ਦਰਦ ਨੂੰ ਮਹਿਸੂਸ ਕਰਦਾ, ਉਹਦੇ ਨੈਣਾਂ ਦਾ ਹੰਝੂ ਹੋ ਗਿਆ। ਕਿਸੇ ਦੇ ਦਰਦ ਨੂੰ ਮਹਿਸੂਸ ਕਰਦਾ, ਉਹਦੇ ਨੈਣਾਂ ਦਾ ਹੰਝੂ ਹੋ ਗਿਆ। ਮੇਰਾ ਵਿੱਚ ਖਰਾ ਦਿਸਦਾ ਅਸਲ ਵਿੱਚ ਰੇਤਲਾ ਹੈ, ਜੋ ਨਕਸ਼ੇ ਵਿੱਚ ਹਰਾ ਦਿਸਦਾ ਅਸਲ ਵਿੱਚ ਰੇਤਲਾ ਹੈ, ਇਹ ਕਿਸਨੇ ਮੁਲਕ ਮੇਰੇ ਦੀ ਕਰੀ ਇਹ ਦੁਰਦਸ਼ਾ ਹੈ। ਜੋ ਨਕਸ਼ੇ ਵਿੱਚ ਹਰਾ ਦਿਸਦਾ ਅਸਲ ਵਿੱਚ ਰੇਤਲਾ ਹੈ, ਇਹ ਕਿਸਨੇ ਮੁਲਕ ਮੇਰੇ ਦੀ ਕਰੀ ਇਹ ਦੁਰਦਸ਼ਾ ਹੈ। ਨਗਰ ਵਿੱਚ ਖੌਫ ਹੈ ਛਾਇਆ, ਚੌਗਿਰਦਾ ਵੀ ਖਫਾ ਹੈ। ਨਗਰ ਵਿੱਚ ਖੌਫ ਹੈ ਛਾਇਆ, ਚੌਗਿਰਦਾ ਵੀ ਖਫਾ ਹੈ। ਨਾ ਚਿੰਤਾ ਬਾਕਮਨ ਉੱਤੇ ਖੁਦਾ ਵੀ ਲਾਭਦਾ ਹੈ, ਨਾ ਚਿੰਤਾ ਬਾਕਮਨ ਖੁਦਾ ਵੀ ਲਾਭਦਾ। ਇੱਕ ਗਜ਼ਲ ਹੈ ਕਿ ਕੀ ਦੱਸਾਂ ਮੈਂ ਕੀ ਕਹਾਂ ਅੱਜ ਕੱਲ੍ਹ ਹੈ ਕੀ ਹਾਲ, ਕੀ ਦੱਸਾਂ ਮੈਂ ਕੀ ਕਹਾਂ ਅੱਜ ਕੱਲ੍ਹ ਹੈ ਕੀ ਹਾਲ, ਖੁਦ ਨੂੰ ਚੱਲਣੀ ਪੈ ਰਹੀ ਆਪਣੇ ਨਾਲ ਹੀ ਚਾਲ, ਖੁਦ ਨੂੰ ਚੱਲਣੀ ਪੈ ਰਹੀ ਆਪਣੇ ਨਾਲ ਹੀ ਚਾਲ। ਚਿਹਰੇ 'ਤੇ ਮੁਸਕਾਨ ਹੈ ਸੋਚਾਂ ਵਿੱਚ ਜੰਜਾਲ, ਚਿਹਰੇ 'ਤੇ ਮੁਸਕਾਨ ਹੈ ਸੋਚਾਂ ਵਿੱਚ ਜੰਜਾਲ, ਮੰਜ਼ਿਲ ਕੋਹਾਂ ਦੂਰ ਅਤੇ ਰਸਤਾ ਵੀ ਬੇਹਾਲ, ਮੰਜ਼ਿਲ ਕੋਹਾਂ ਦੂਰ ਅਤੇ ਰਸਤਾ ਵੀ ਬੇਹਾਲ। ਸ਼ੇਰ ਦੇਖਾਂ ਕਿ ਇੱਕ ਐਸਾ ਯੁੱਧ ਲੜ ਰਿਹਾ ਦੋਨੋਂ ਤਰਫ ਮੈਂ ਆਪ, ਇੱਕ ਐਸਾ ਯੁੱਧ ਲੜ ਰਿਹਾ ਦੋਨੋਂ ਤਰਫ ਮੈਂ ਆਪ, ਇੱਕ ਹੱਥ ਵਿੱਚ ਖੰਜਰ ਮੇਰੇ ਦੂਜੇ ਹੱਥ 'ਚ ਧਾਰ,
ਇੱਕ ਹੱਥ ਵਿੱਚ ਖੰਜਰ ਮੇਰੇ, ਦੂਜੇ ਹੱਥ 'ਚ ਢਾਲ, ਦੇਖਣ ਨੂੰ ਇੱਕ ਕਾਫਲਾ ਹਰ ਪਲ ਮੇਰੇ ਸੰਗ, ਦੇਖਣ ਨੂੰ ਇੱਕ ਕਾਫਲਾ ਹਰ ਪਲ ਮੇਰੇ ਸੰਗ, ਪਰ ਜੋ ਮੇਰੇ ਨਾਲ ਨੇ ਇਹ ਨਹੀਂ ਮੇਰੇ ਨਾਲ, ਪਰ ਜੋ ਮੇਰੇ ਨਾਲ ਨੇ ਇੱਕ ਗਜ਼ਲ ਹੈ ਕਿ ਉਸ ਤੋਂ ਬਾਅਦ ਛੁੱਟੀ ਲੈਂਦਾ ਕਿ ਸਤਾਉਂਦੀ ਜ਼ਿੰਦਗੀ ਹਰ ਪਲ ਮੈਂ ਫਿਰ ਵੀ ਮੁਸਕਰਾਉਂਦਾ ਹਾਂ, ਸਤਾਉਂਦੀ ਜ਼ਿੰਦਗੀ ਹਰ ਪਲ ਮੈਂ ਫਿਰ ਵੀ ਮੁਸਕਰਾਉਂਦਾ ਹਾਂ, ਉਹ ਆਪਣੀ ਜ਼ਿੱਦ ਪਵਾਉਂਦੀ ਹੈ ਮੈਂ ਆਪਣੀ ਜ਼ਿੱਦ ਪਵਾਉਂਦਾ ਹਾਂ, ਉਹ ਆਪਣੀ ਜ਼ਿੱਦ ਪਵਾਉਂਦੀ ਹੈ ਮੈਂ ਆਪਣੀ ਜ਼ਿੱਦ ਪਵਾਉਂਦਾ ਹਾਂ, ਕਈ ਵਾਰੀ ਘਰੋਂ ਤੁਰਦਾ ਕਿ ਗੌਤਮ ਹੋ ਹੀ ਜਾਵਾਂ ਪਰ, ਕਈ ਵਾਰੀ ਘਰੋਂ ਤੁਰਦਾ ਕਿ ਗੌਤਮ ਹੋ ਹੀ ਜਾਵਾਂ ਪਰ, ਹੈ ਨਾਨਕ ਯਾਦ ਆ ਜਾਂਦਾ ਅਤੇ ਮੈਂ ਘਰ ਪਰਤ ਆਉਂਦਾ ਹਾਂ, ਨਾਨਕ ਯਾਦ ਆ ਜਾਂਦਾ ਅਤੇ ਮੈਂ ਘਰ ਪਰਤ ਆਉਂਦਾ ਹਾਂ, ਛੁਪਾ ਲੈਂਦਾ ਹਾਂ ਅਕਸਰ ਪੀੜ ਜੋ ਆਪਣੇ ਹੀ ਅੰਦਰ ਮੈਂ, ਛੁਪਾ ਲੈਂਦਾ ਹਾਂ ਅਕਸਰ ਪੀੜ ਜੋ ਆਪਣੇ ਹੀ ਅੰਦਰ ਮੈਂ, ਇਹ ਵਿੱਚ ਜਾਂਦੀ ਹੈ ਸੱਪਿਆਂ 'ਤੇ ਜਦੋਂ ਮੈਂ ਛੱਟ ਪਟਾਉਂਦਾ ਹਾਂ, ਕਿਤੇ ਮੈਂ ਬੀਤ ਨਾ ਜਾਵਾਂ ਇਸੇ ਹੀ ਚਾਰਾ ਜੋਈ ਵਿੱਚ, ਕਿਤੇ ਮੈਂ ਬੀਤ ਨਾ ਜਾਵਾਂ ਇਸੇ ਹੀ ਚਾਰਾ ਜੋਈ ਵਿੱਚ, ਕਦੇ ਇਹ ਅਕਲ ਨਹੀਂ ਮੰਨਦੀ ਕਦੇ ਦਿਲ ਨੂੰ ਮਨਾਉਂਦਾ ਹਾਂ, ਕਦੇ ਇਹ ਅਕਲ ਨਹੀਂ ਮੰਨਦੀ ਕਦੇ ਦਿਲ ਨੂੰ ਮਨਾਉਂਦਾ ਹਾਂ, ਮੈਂ ਅੱਜ ਕੱਲ੍ਹ ਸਹਿਮ ਜਾਂਦਾ ਹਾਂ ਡਰਾਉਣੇ ਹਨੇਰਿਆਂ ਪਾਸੋਂ, ਮੈਂ ਅੱਜ ਕੱਲ੍ਹ ਸਹਿਮ ਜਾਂਦਾ ਹਾਂ ਡਰਾਉਣੇ ਹਨੇਰਿਆਂ ਪਾਸੋਂ, ਅਤੇ ਸਾਵੇਂ ਬੱਚਿਆਂ ਦੇ ਜ਼ਿੰਦਗੀ ਦੇ ਗੀਤ ਗਾਉਂਦਾ ਹਾਂ, ਅਤੇ ਸਾਵੇਂ ਬੱਚਿਆਂ ਦੇ ਜ਼ਿੰਦਗੀ ਇਸ ਸਨਮਾਨ ਵਿੱਚ ਸ਼ਾਮਿਲ ਕਰਨਾ ਚਾਹਾਂਗਾ। ਗਰਵਾਲ ਸਾਹਿਬ ਆ ਜਾਓ, ਜਗਵਿੰਦਰ ਜੀ, ਦਵਿੰਦਰ ਜੀ ਔਰ ਹਰਪਿੰਦਰ ਸ਼ਾਹੀ ਜੀ ਆਓ, ਪਲੀਜ਼ ਆ ਜਾਓ ਤਿੰਨੋਂ ਜਾਣੇ। ਆਪਣੇ ਕੁਛ 15 ਸਨਮਾਨ ਨੇ, ਮੈਂ ਸਭ ਨੂੰ ਸ਼ਾਮਿਲ ਕਰ ਲੈਣਾ, ਚਿੰਤਾ ਹੀ ਨਾ ਕਰਿਓ। ਸੋ ਸ਼ੁਕਰੀਆ। ਹੁਣ ਮੈਂ ਜਿਹੜਾ ਹੈ ਬੁਲਾਉਣਾ ਚਾਹਾਂਗਾ, ਗਰਵਾਲ ਸਾਹਿਬ ਤੁਸੀਂ ਆਓ ਇਸ ਸਨਮਾਨ ਦੇ ਲਈ। ਕੇਵਲ ਧਾਲੀਵਾਲ ਜੀ ਹੋਰਾਂ ਦਾ, ਕਿਉਂਕਿ ਪਤਾ ਵਕਤ ਜਿਹੜਾ ਹੈ ਜਾਣਾ ਵੀ ਉਹਨਾਂ ਨੇ ਦੂਰ ਹੈ, ਵਕਤ ਵੀ ਹੈ, ਪਰ ਇਹ ਸਾਡੇ ਸਨਮਾਨ ਨੇ। ਕਮਲ ਕਮਲਜੀਤ ਆ ਜਾਓ ਪਲੀਜ਼, ਔਰ ਅਸ਼ਵਨੀ ਜੀ ਤੁਸੀਂ ਆ ਜਾਓ ਨਾਲ। ਅਸ਼ਵਨੀ ਜੀ ਮੈਂ ਬਾਕੀ ਸਾਰੇ ਮੈਂ ਹੌਲੀ ਹੌਲੀ ਬੁਲਾ ਲੈਣੇ ਨੇ ਸਾਰੇ ਜਿਹੜੇ ਸਾਡੀ ਪਦਵੰਦੇ ਸ਼ਖਸੀਅਤਾਂ ਹੈਗੀਆਂ ਨੇ। ਅਸ਼ਵਨੀ ਦੌੜ ਕੇ ਥੋੜ੍ਹਾ ਜਿਹਾ ਪਲੀਜ਼। ਹਾਂ ਕਰਮਚੰਦ ਜੀ ਆ ਜਾਓ ਇੱਧਰਲੇ ਪਾਸੇ ਆ ਜਾਓ ਪਲੀਜ਼, ਇੱਧਰ ਇੱਧਰ ਆ ਜਾਓ। ਹਾਂ ਇਹ ਯੈਸ ਹੁਸ਼ਿਆਰਪੁਰ ਤੋਂ ਮੈਂ ਸੁਖਵਿੰਦਰ ਉਹਨਾਂ ਨੂੰ ਬੇਨਤੀ ਕਰਾਂਗਾ, ਸੁਖਵਿੰਦਰ ਖੰਨਾ ਉਹ ਆ ਜਾਣੇ ਸਨਮਾਨ ਦੇ ਵਿੱਚ। ਬਲਾਲਾ ਜੀ ਨੂੰ ਬੇਨਤੀ ਕਰਾਂਗਾ, ਬਲਾਲਾ ਜੀ ਤੁਸੀਂ ਆ ਜਾਓ ਪਲੀਜ਼ ਨਾਲ, ਆ ਜਾਓ ਆ ਜਾਓ। ਨਕੀਰ ਜੀ ਆ ਜਾਓ, ਤੁਸੀਂ ਇੱਥੇ ਖੜੇ ਰਹੋ ਕਿਉਂਕਿ ਉਹ ਤੋਂ ਬਾਅਦ ਜਗਦੀਸ਼ ਜੀ ਦਾ ਵੀ ਸਨਮਾਨ ਕਰਾਂ। ਦਸੂਏ ਤੋਂ ਅੱਜ ਕੱਲ੍ਹ ਬਲਾਕ ਅਫਸਰ ਨੇ, ਲਖਵੀਰ ਜੀ ਹੋ ਜਾਓ ਨਾਲ ਪਲੀਜ਼, ਹਰਬੰਸ ਹੋ ਜਾਓ,
ਰਫਤਾਰ, ਮੰਜ਼ਿਲ, ਫੈਸਲਾ ਸਭ ਕੁਝ ਬਦਲ ਜਾਂਦਾ ਹੈ। ਦਿਸ਼ਾ, ਰਫਤਾਰ, ਮੰਜ਼ਿਲ, ਫੈਸਲਾ ਸਭ ਕੁਝ ਬਦਲ ਜਾਂਦਾ ਹੈ। ਜਿਵੇਂ ਹੀ ਸ਼ਾਮ ਹੁੰਦੀ ਹੈ ਮੇਰਾ ਸਭ ਕੁਝ ਬਦਲ ਜਾਂਦਾ ਹੈ। ਉਹਨੇ ਮੈਨੂੰ ਕਿਹਾ, ਸੁਣ ਦੇਖ, ਹੁਣ ਉਦਾਂ ਨਹੀਂ ਸਭ ਕੁਝ। ਉਹਨੇ ਮੈਨੂੰ ਕਿਹਾ, ਸੁਣ ਦੇਖ, ਹੁਣ ਉਦਾਂ ਨਹੀਂ ਸਭ ਕੁਝ। ਮੈਂ ਉਸਨੂੰ ਪੁੱਛਿਆ, ਇੱਦਾਂ ਭਲਾ ਸਭ ਕੁਝ ਬਦਲ ਜਾਂਦਾ? ਉਹਨੇ ਮੈਨੂੰ ਕਿਹਾ, ਸੁਣ ਦੇਖ, ਹੁਣ ਉਦਾਂ ਨਹੀਂ ਸਭ ਕੁਝ। ਮੈਂ ਉਸਨੂੰ ਪੁੱਛਿਆ, ਇੱਦਾਂ ਭਲਾ ਸਭ ਕੁਝ ਬਦਲ ਜਾਂਦਾ? ਸ਼ੇਰ, ਉਲੀਕੀ ਖੁਆਬ ਦੀ ਤਾਮੀਰ ਉਸ ਅੱਧੀ ਉਮਰ ਲਾ ਕੇ, ਉਲੀਕੀ ਖੁਆਬ ਦੀ ਤਾਮੀਰ ਉਸ ਅੱਧੀ ਉਮਰ ਲਾ ਕੇ, ਫਿਰ ਕੱਤੇ ਕੁ ਪਲ ਦਾ ਹਾਦਸਾ ਸਭ ਕੁਝ ਬਦਲ ਜਾਂਦਾ ਹੈ। ਤੂੰ ਕਿਹੜੇ ਦੋਸਤਾਂ ਤੇ ਦੁਸ਼ਮਣਾਂ ਦੀ ਗੱਲ ਕਰਦਾ ਹੈ? ਤੂੰ ਕਿਹੜੇ ਦੋਸਤਾਂ ਤੇ ਦੁਸ਼ਮਣਾਂ ਦੀ ਗੱਲ ਕਰਦਾ ਹੈ? ਮੈਂ ਆਪਣਾ ਆਪ ਤੱਕ ਅਜ਼ਮਾ ਲਿਆ, ਸਭ ਕੁਝ ਬਦਲ ਜਾਂਦਾ ਹੈ। ਜਗਨ ਤੁਤ ਨੇ ਸ਼ਹਿਰ ਕੇ ਕਿਨਾਰਾ ਹੈ, ਨਦੀ ਹੈ, ਮੀਰ ਸਾਰਾ ਗੈਰ ਹਾਜ਼ਰ ਹੈ। ਕਿਨਾਰਾ ਹੈ, ਨਦੀ ਹੈ, ਮੀਰ ਸਾਰਾ ਗੈਰ ਹਾਜ਼ਰ ਹੈ। ਉਹ ਬਿਲਕੁਲ ਨਾਲ ਮੇਰੇ ਬੈਠਾ ਬੈਠਾ ਗੈਰ ਹਾਜ਼ਰ ਹੈ। ਕਿ ਜੋ ਤੈਨੂੰ ਦਿਸ ਰਿਹਾ ਮੀਨਾਰ ਸਾਰਾ ਖੋਖਲਾ ਅੰਦਰੋਂ, ਜੋ ਤੈਨੂੰ ਦਿਸ ਰਿਹਾ ਮੀਨਾਰ ਸਾਰਾ ਖੋਖਲਾ ਅੰਦਰੋਂ, ਮੇਰੇ ਹਿੱਸੇ ਦਾ ਮੈਂ ਮੇਰੇ ਚੋਂ ਸਾਰਾ ਗੈਰ ਹਾਜ਼ਰ ਹੈ। ਮੈਂ ਸਾਰੀ ਪੜ੍ਹ ਨਹੀਂ ਸਕਿਆ, ਮੈਂ ਸਾਰੀ ਪੜ੍ਹ ਨਹੀਂ ਸਕਿਆ, ਮਗਰ ਮੈਂ ਪੜ੍ਹ ਲਿਆ ਹੈ ਉਹ। ਮੈਂ ਸਾਰੀ ਪੜ੍ਹ ਨਹੀਂ ਸਕਿਆ, ਮਗਰ ਮੈਂ ਪੜ੍ਹ ਲਿਆ ਹੈ ਉਹ, ਤੇਰੀ ਪੁਸਤਕ ਚੋਂ ਜਿਹੜਾ ਇੱਕ ਵਰਗਾ ਗੈਰ ਹਾਜ਼ਰ ਹੈ। ਸ਼ੇਗੇ, ਉਹ ਅਵਲ ਆ ਗਿਆ ਇਸ ਵਾਰ ਫਿਰ, ਉਹ ਅਵਲ ਆ ਗਿਆ ਇਸ ਵਾਰ ਫਿਰ, ਹੁਣ ਤੀਸਰੀ ਵਿੱਚ ਹੈ। ਉਹ ਅਵਲ ਆ ਗਿਆ ਇਸ ਵਾਰ ਫਿਰ, ਹੁਣ ਤੀਸਰੀ ਵਿੱਚ ਹੈ। ਬਸ ਇੱਕ ਬੱਚੇ ਦੇ ਅੰਦਰੋਂ ਇੱਕ ਬੱਚਾ ਗੈਰ ਹਾਜ਼ਰ ਹੈ ਜੀ। ਉਹ ਅਵਲ ਆ ਗਿਆ ਇਸ ਵਾਰ ਫਿਰ, ਉਹ ਅਵਲ ਆ ਗਿਆ ਇਸ ਵਾਰ ਫਿਰ, ਹੁਣ ਤੀਸਰੀ ਵਿੱਚ ਹੈ। ਬਸ ਇੱਕ ਬੱਚੇ ਦੇ ਅੰਦਰੋਂ ਇੱਕ ਬੱਚਾ ਗੈਰ ਹਾਜ਼ਰ ਹੈ। ਆਖੀ ਸ਼ੇਰ ਕਿ ਨਗਰ ਮੇਰਾ ਤਰੱਕੀ ਵੱਲ ਹੈ, ਨਗਰ ਮੇਰਾ ਤਰੱਕੀ ਵੱਲ ਹੈ, ਕੁਝ ਇਸ ਤਰ੍ਹਾਂ ਹਰ ਘਰ, ਨਗਰ ਮੇਰਾ ਤਰੱਕੀ ਵੱਲ ਹੈ, ਕੁਝ ਇਸ ਤਰ੍ਹਾਂ ਹਰ ਘਰ ਇੱਕ ਆਲੀਸ਼ਾਨ ਗਮਲਾ ਹੈ ਤੇ ਪੌਦਾ ਗੈਰ ਹਾਜ਼ਰ ਹੈ। ਤੇਰਾ ਹੋਇਆ ਇਸ਼ਾਰਾ ਹੋ ਗਿਆ, ਤੇਰਾ ਹੋਇਆ
ਇਸ਼ਾਰਾ ਹੋ ਗਿਆ ਤੇਰਾ ਗਰੇਵਾਲ ਗੋਤਕਲਾ ਰਾਏਪੁਰ ਖੇਡਾਂ ਉੱਤੇ ਉਪਕਾਰ ਬੜਾ ਲੋਕਾਂ ਦਾ ਇਕੱਠ ਹੁੰਦਾ ਕੁੰਭ
ਉੱਥੇ ਲੱਗਦਾ ਬੜਾ ਮਾਣ ਕੇ ਆਨੰਦ ਆਉਂਦਾ ਹੈ। ਸਕੂਨ ਜ਼ਰੂਰ ਹੇਲਾ ਕਿਲ੍ਹਾ ਰਾਏਪੁਰ ਦਾ ਜ਼ਰੂਰ ਬੜਾ ਮਸ਼ਹੂਰ ਕੋਟ ਕੋਟ ਕੋਟੀ ਕਰਕੇ ਬੋਲੀ ਜਾਂਦੀ ਕਬੱਡੀ ਪਹਿਲਵਾਨ ਮੇਲ ਧਮਕ ਸੁਣ ਢੋਲਦੀ ਇੱਕ ਹੱਥ ਮਾਰਿਆ ਅਤੇ ਇੱਟਾਂ ਹੁਣ ਚੂਰ ਮੇਲਾ ਕਿਲ੍ਹਾ ਰਾਏਪੁਰ ਦਾ ਜ਼ਰੂਰ ਮਸ਼ਹੂਰ ਆ ਕੇ ਬੱਗੇ ਬੱਗੇ ਬੈਲ ਲਗਾਉੜੀਏ ਭੱਜਾ ਜੋੜੀਆਂ ਚਾਰ ਚਾਰ ਟਰਾਲੀ ਵੈਰ ਕਰਨ ਵਿੱਚ ਹੋਏ ਕਈ ਮਸ਼ਹੂਰ ਮਸਤ ਰਹੇ ਨੇ ਚੜਿਆ ਸੁਣੂ ਮੇਲਾ ਕਿਲ੍ਹਾ ਰਾਏਪੁਰ ਦਾ ਜ਼ਰੂਰ ਬੜਾ ਮਸ਼ਹੂਰ ਅਸੀਂ ਚਿੱਤ ਕਰਦਾ ਹੈ ਕੀ ਆਖਾਂ ਕਹਿਣ ਨੂੰ ਬੜਾ ਹੀ ਚਿੱਤ ਕਰਦਾ ਹੈ ਝੂਠ ਦਾ ਬੋਲਬਾਲਾ ਹੈ ਸੱਚ ਫਾਸੀ 'ਤੇ ਨਿੱਤ ਚੜ੍ਹਦਾ ਹੈ ਝੂਠ ਬੋਲਣ ਦੀ ਆਦਤ ਨਹੀਂ ਮੈਨੂੰ ਇਸ ਲਈ ਚੁੱਪ ਹੋ ਜਾਂਦਾ ਅਦਾਲਤ ਝੂਠ ਦੀ ਬੈਠੀ ਸੱਚ ਨੂੰ ਕੌਣ ਜਾਂਦਾ ਹੈ ਐਸ਼ ਕਰਦੇ ਪਏ ਇੱਥੇ ਬਾਬੇ ਬਲਾਤਕਾਰੀ ਜੋ ਐਸ਼ ਕਰਦੇ ਪਏ ਇੱਥੇ ਬਾਬੇ ਬਲਾਤਕਾਰੀ ਜੋ ਹੱਕ ਸੱਚ ਲਈ ਬੋਲੇ ਜੋ ਉਹੀ ਜੇਲ੍ਹਾਂ ਦੇ ਵਿੱਚ ਸੜਦਾ ਹੈ ਕਹਿਣ ਨੂੰ ਕੰਜਕਾਂ ਦਾ ਪੁਜਾਰੀ ਦੇਸ਼ ਹੈ ਮੇਰਾ ਪਿੱਛੇ ਜੋ ਡਾਕਟਰ ਦੇ ਨਾਲ ਝਟਣਾ ਵਰਤੀ ਹੈ ਕਹਿਣ ਨੂੰ ਕੰਜਕਾਂ ਦਾ ਪੁਜਾਰੀ ਦੇਸ਼ ਹੈ ਮੇਰਾ ਫਿਰ ਪੱਤ ਕੰਜਕਾਂ ਦੀ ਕਿਵੇਂ ਕੋਈ ਨਿਲਾਮ ਕਰਦਾ ਹੈ ਰਾਖੀ ਬਾਗ ਦੀ ਬਿਠਾਇਆ ਮਾਲੀ ਸਮਝ ਕੇ ਜਿਹਨੂੰ ਵੇਖਿਆ ਉਸੇ ਨੂੰ ਹੀ ਬਾਗ ਨੂੰ ਬਰਬਾਦ ਕਰਦਾ ਹੈ ਹੁਣ ਚੁੱਪ ਰਹਿ ਕੇ ਸਰਨਾ ਨਹੀਂ ਖੜਕ ਹੀ ਬੋਲਣਾ ਹੀ ਪੈਣਾ ਵੇਲਾ ਸੱਚ ਕਹਿਣੇ ਦਾ ਕੋਈ ਡਰੇ ਜਾਂ ਨਾ ਡਰਦਾ ਕੋਈ ਡਰੇ ਜਾਂ ਨਾ ਗੁਜਰੇ ਰੋ ਰੋ ਕੇ ਗੁਜਰੇ ਹੱਸ ਹੱਸ ਕੇ ਗੁਜਰੇ ਰੋ ਰੋ ਕੇ ਗੁਜਰੇ ਅਸੀਂ ਬੜੇ ਦੁੱਖਾਂ ਵਿੱਚੋਂ ਹੋ ਹੋ ਕੇ ਗੁਜਰੇ ਅਸੀਂ ਬੜੇ ਦੁੱਖਾਂ ਵਿੱਚੋਂ ਹੋ ਹੋ ਕੇ ਗੁਜਰੇ ਹੋ ਹੋ ਕੇ ਗੁਜਰੇ ਚਾਨਣੀਆਂ ਰਾਤਾਂ ਨਾਲ ਗੱਲਾਂ ਅਸੀਂ ਕਰਦੇ ਤਾਰਿਆਂ ਦੀ ਛਾਂ ਹੇਠਾਂ ਬੈਠ ਹੋ ਕੇ ਪਰਦੇ ਤਾਰਿਆਂ ਦੀ ਛਾਂ ਹੇਠਾਂ ਬੈਠ ਹੋ ਕੇ ਪਰਦੇ ਦੁੱਖਾਂ ਦੇ ਤਰਨਿਆਂ ਨੂੰ ਛੋ ਛੋ ਕੇ ਗੁਜਰੇ ਅਸੀਂ ਬੜੇ ਦੁੱਖਾਂ ਵਿੱਚੋਂ ਹੋ ਹੋ ਕੇ ਗੁਜਰੇ ਹੋ ਹੋ ਕੇ ਗੁਜਰੇ ਆਪਣੇ ਹੀ ਆਪ ਤੋਂ ਏ ਮੂੰਹ ਫੇਰੀ ਜਾਂਦੀਆਂ ਦੋਵੇਂ ਮਰ ਜਾਣੀਆਂ ਏ ਹੰਝੂ ਘੇਰੀ ਜਾਂਦੀਆਂ ਦੋਵੇਂ ਮਰ ਜਾਣੀਆਂ ਏ ਹੰਝੂ ਘੇਰੀ ਜਾਂਦੀਆਂ ਪਲਕਾਂ ਦੇ ਬੂਹਿਆਂ ਨੂੰ ਢੋ ਢੋ ਕੇ ਗੁਜਰੇ ਅਸੀਂ ਬੜੇ ਦੁੱਖਾਂ ਵਿੱਚੋਂ ਹੋ ਹੋ ਕੇ ਗੁਜਰੇ ਹੋ ਹੋ ਕੇ ਗੁਜਰੇ ਕਿਸ ਨੂੰ ਸੁਣਾਈਏ ਕਿੰਨਾ ਗਹਿੜਾ ਮਜਬੂਣੇ ਨੀਂਦ ਗਈ ਚੈਨ ਗਿਆ ਤੁਰ ਗਿਆ ਸਕੂਣੇ ਕਿਸ ਨੂੰ ਸੁਣਾਈਏ ਕਿੰਨਾ ਗਹਿੜਾ ਮਜਬੂਣੇ ਨੀਂਦ
ਨੀਂਦ ਗਈ ਚੈਨ ਗਿਆ ਤੁਰ ਗਿਆ ਸਕੂਨੇ ਕੀਮਤੀ ਵਸ ਤੂੰ ਨੂੰ ਕੀਮਤੀ ਵਸ ਤੂੰ ਨੂੰ ਖੋ ਖੋ ਕੇ ਗੁਜ਼ਰੇ ਅਸੀਂ ਬੜੇ ਦੁੱਖਾਂ ਵਿੱਚੋਂ ਹੋ ਹੋ ਕੇ ਗੁਜ਼ਰੇ ਹੋ ਹੋ ਕੇ ਗੁਜ਼ਰੇ ਗਮਾਂ ਵਾਲੀ ਮੰਜ਼ਲੀ ਨੇ ਛੇੜ ਲਿਆ ਰਾ ਗਿਆ ਬਿਨਾਂ ਵਜ੍ਹਾ ਦਾਮਨ ਦੇ ਉੱਤੇ ਲੱਗੇ ਦਾ ਗਿਆ ਬਿਨਾਂ ਵਜ੍ਹਾ ਦਾਮਨ ਦੇ ਉੱਤੇ ਲੱਗੇ ਦਾ ਗਿਆ ਦਾਮਨ ਦੇ ਉੱਤੋਂ ਦਾਗ ਧੋ ਧੋ ਕੇ ਗੁਜ਼ਰੇ ਅਸੀਂ ਬੜੇ ਦੁੱਖਾਂ ਵਿੱਚੋਂ ਹੋ ਹੋ ਕੇ ਗੁਜ਼ਰੇ ਹੋ ਹੋ ਕੇ ਗੁਜ਼ਰੇ ਢਿੱਲੋਂ ਕੋਲ ਹੁਣ ਬਸ ਇੱਕੋ ਹੀ ਸਬੂਤ ਆ ਰੂਹ ਕਿਤੇ ਹੋਰ ਸਾਡਾ ਕੱਲਾ ਕਲਬੂਤ ਆ ਰੂਹ ਕਿਤੇ ਹੋਰ ਸਾਡਾ ਕੱਲਾ ਕਲਬੂਤ ਆ ਹਰ ਵੇਲੇ ਹਰ ਪਲ ਮੋ ਮੋ ਕੇ ਗੁਜ਼ਰੇ ਅਸੀਂ ਬੜੇ ਦੁੱਖਾਂ ਵਿੱਚੋਂ ਹੋ ਹੋ ਕੇ ਗੁਜ਼ਰੇ ਹੋ ਹੋ ਕੇ ਗੁਜ਼ਰੇ ਹੋ ਹੋ ਕੇ ਗੁਜ਼ਰੇ ਕਿੱਥੇ ਖੋ ਗਿਆ ਉਹ ਰੰਗਲਾ ਪੰਜਾਬ ਹਾਣੀਓ ਫਿੱਕਾ ਪੈ ਗਿਆ ਕਿਉਂ ਫੁੱਲ ਇਹ ਗੁਲਾਬ ਹਾਣੀਓ ਫਿੱਕਾ ਪੈ ਗਿਆ ਕਿਉਂ ਫੁੱਲ ਇਹ ਗੁਲਾਬ ਹਾਣੀਓ ਕਿੱਥੇ ਖੋ ਗਿਆ ਉਹ ਰੰਗਲਾ ਪੰਜਾਬ ਹਾਣੀਓ ਸਤਲੁਜ ਤੇ ਬਿਆਸ ਰਾਵੀ ਕਾਤੋਂ ਰੁੱਸ ਗਏ ਸਤਲੁਜ ਤੇ ਬਿਆਸ ਰਾਵੀ ਕਾਤੋਂ ਰੁੱਸ ਗਏ ਪੈ ਗਏ ਬਾਡਰਾਂ ਦੇ ਓਲੇ ਸਾਡੇ ਹਾਸੇ ਖੁੱਸ ਗਏ ਇਹਨਾਂ ਬਾਡਰਾਂ ਦੇ ਓਲੇ ਸਾਡੇ ਹਾਸੇ ਖੁੱਸ ਗਏ ਰੋ ਰੋ ਪੁੱਛਦੇ ਨੇ ਜੇਲਮ ਚਨਾਬ ਹਾਣੀਓ ਰੋ ਰੋ ਪੁੱਛਦੇ ਨੇ ਜੇਲਮ ਚਨਾਬ ਹਾਣੀਓ ਕਿੱਥੇ ਖੋ ਗਿਆ ਔਰੰਗਲਾ ਪੰਜਾਬ ਹਾਣੀਓ ਭਰੂਣ ਹੱਤਿਆ ਤੇ ਦਾਜ ਸਾਥੋਂ ਧੀ ਖੋ ਲਈ ਭਰੂਣ ਹੱਤਿਆ ਤੇ ਦਾਜ ਸਾਥੋਂ ਧੀ ਖੋ ਲਈ ਜਿਹੜੀ ਬਚੀ ਉਹ ਇੰਗਲੈਂਡ ਅਮਰੀਕਾ ਹੋ ਲਈ ਜਿਹੜੀ ਬਚੀ ਇੰਗਲੈਂਡ ਤੇ ਅਮਰੀਕਾ ਹੋ ਲਈ ਕਿੱਥੋਂ ਭਾਲਦੇ ਹੋ ਹੀਰਾਂ ਜਿਹਾ ਸ਼ਵਾ ਮਹਾਣੀਓ ਕਿੱਥੋਂ ਭਾਲਦੇ ਹੋ ਹੀਰਾਂ ਜਿਹਾ ਸ਼ਵਾ ਮਹਾਣੀਓ ਕਿੱਥੇ ਖੋ ਗਿਆ ਔਰੰਗਲਾ ਪੰਜਾਬ ਹਾਣੀ ਬਹੁਤੇ ਬਣ ਗਏ ਨਸ਼ੇੜੀ ਦੁੱਧ ਪੀਣੀ ਗੋਪੂ ਇਖੋ ਬਣ ਗਏ ਨਸ਼ੇੜੀ ਦੁੱਧ ਪੀਣੀ ਗੋਪੂ ਬਣੇ ਤੁਰਦੀਆਂ ਲਾਸ਼ਾਂ ਜੁਗੀ ਜੀਣੇ ਗੱਪੂ ਬਣੇ ਤੁਰਦੀਆਂ ਲਾਸ਼ਾਂ ਜੁਗੀ ਜੀਣੇ ਗੱਪੂ ਬਿਨਾਂ ਰੋਜ਼ਗਾਰ ਹਾਲਤ ਖਰਾਬ ਹਾਣੀਓ ਬਿਨਾਂ ਰੋਜ਼ਗਾਰ ਹਾਲਤ ਖਰਾਬ ਹਾਣੀਓ ਕਿੱਥੇ ਖੋ ਗਿਆ ਔਰੰਗਲਾ ਪੰਜਾਬ ਹਾਣੀ
ਮੁੱਲ ਮਿਹਨਤਾਂ ਦਾ ਮੋੜਿਆ ਨਾ ਸਰਕਾਰ ਨੇ, ਮੁੱਲ ਮਿਹਨਤਾਂ ਦਾ ਮੋੜਿਆ ਨਾ ਸਰਕਾਰ ਨੇ, ਤਾਈਓ ਦਾ ਭੁਲੀ ਕਿਸਾਨੀ ਕਰਜ਼ੇ ਦੇ ਭਾਰ ਨੇ, ਦੇਖੋ ਦਾ ਭੁਲੀ ਕਿਸਾਨੀ ਕਰਜ਼ੇ ਦੇ ਭਾਰ ਨੇ, ਖੁਦਕੁਸ਼ੀਆਂ ਦਾ ਲਾਇਓ ਤਾਂ ਹਿਸਾਬ ਹਾਣੀਓ, ਖੁਦਕੁਸ਼ੀਆਂ ਦਾ ਲੱਗੇ ਨਾ ਹਿਸਾਬ ਹਾਣੀਓ, ਕਿੱਥੇ ਖੋ ਗਿਆ ਰੰਗਲਾ ਪੰਜਾਬ ਹਾਣੀਓ, ਚੁੱਪ ਬੈਠ ਕੇ ਮੁਜਾਰੀ ਘਰੇ ਨਹੀਂ ਉਸਰਨ, ਗੋਡਾ ਦੋਸ਼ੀਆਂ ਦੀ ਧੌਣ ਉੱਤੇ ਪਊ ਧਰਨਾ, ਗੋਡਾ ਦੋਸ਼ੀਆਂ ਦੀ ਧੌਣ ਉੱਤੇ ਪਊ ਧਰਨਾ, ਨਾਰਾ ਜਿੰਦਾਬਾਦ ਹੁਜ਼ੂਰ ਇਨਕਲਾਬ ਹਾਣੀਓ, ਨਾਰਾ ਜਿੰਦਾਬਾਦ ਹੂ ਇਨਕਲਾਬ ਹਾਣੀਓ, ਕਿੱਥੇ ਖੋ ਗਿਆ ਰੰਗਲਾ ਪੰਜਾਬ ਹਾਣੀਓ, ਕਿੱਥੇ ਖੋ ਗਿਆ ਰੰਗਲਾ ਪੰਜਾਬ ਹਾਣੀਓ। ਧੰਨਵਾਦ ਸਾਹਿਬ ਨੂੰ ਬੇਨਤੀ ਹੈ ਨੀਨੋ ਜੀ ਮੰਚ ਕੀਤੇ ਹਨ। ਉਸ ਤੋਂ ਬਾਅਦ ਸੰਤੋਖ ਸਿੰਘ ਘੁਟਾਲਾ, ਤੁਹਾਡਾ ਨਾਮ ਮੇਰੇ ਕੋਲ ਆਇਆ ਅੱਛਾ, ਫਿਰ ਹਰਬੰਸ ਮਾਨ ਤੁਹਾਡੇ ਆਉਣਾ ਚਾਹੁੰਦੀ, ਇੰਨਾ ਸੋਹਣਾ ਤੁਸੀਂ ਗਾ ਕੇ ਗਏ ਹੋ ਜੀ, ਮੈਨੂੰ ਨਾ ਮੈਨੂੰ ਥੋੜ੍ਹਾ ਜਿਹਾ ਔਖਾ ਲੱਗਦਾ, ਇਸ ਘਰ ਨੂੰ ਮੈਂ ਛੱਡ ਨਹੀਂ ਸਕਦੀ, ਕੋਲ ਤੁਹਾਡੇ ਆਉਣਾ ਚਾਹੁੰਦੀ, ਕੋਲ ਤੁਹਾਡੇ ਆਉਣਾ ਚਾਹੁੰਦੀ, ਇਸ ਘਰ ਨੂੰ ਮੈਂ ਛੱਡ ਨਹੀਂ ਸਕਦੀ, ਲਾਡਾ ਨਾਲ ਖਪਾੜਿਆ ਜਿੱਥੇ, ਲਾਡਾ ਨਾਲ ਖਪਾੜਿਆ ਜਿੱਥੇ, ਮੈਂ ਵੀ ਬਚਪਨ ਤੇਰਾ ਪੁੱਤ ਪਰਦੇਸੀਆ, ਕਦ ਪਾਏਗਾ ਫੇਰਾ ਵੇ ਪੁੱਤ ਪਰਦੇਸੀਆ, ਕਦ ਪਾਏਗਾ ਫੇਰਾ, ਬੋਲੇ ਜਦ ਵੀ ਕਾਂ ਬਨੇਰੇ ਖੜ ਜਾਵਾਂ ਬੂਹੇ ਤੇ ਜਾ ਕੇ, ਤੇਰੇ ਰਾਹ ਨੂੰ ਤੱਕਦੀ ਬੱਲਿਆ ਦੂਰ ਦੂਰ ਤੱਕ ਨਿਗਾਹ ਟਿਕਾ ਕੇ, ਦਰ ਤੋਂ ਮੁੜਨਾ ਦੋ ਕਦਮ ਵੀ, ਦਰ ਤੋਂ ਮੁੜਨਾ ਦੋ ਕਦਮ ਵੀ, ਲੱਭਦਾ ਸਫ਼ਰ ਮੇਰਾ ਪੁੱਤ ਪਰਦੇਸੀਆ, ਕਦ ਪਾਏਗਾ ਫੇਰਾ, ਦੇਰ ਰਾਤ ਨੂੰ ਨੀਂਦ ਖਿਆਉਂਦੀ ਉੱਠ ਖੜਦੀ ਹਾਂ ਤੜਕੇ ਤੜਕੇ, ਦੇਰ ਰਾਤ ਨੂੰ ਨੀਂਦ ਖਿਆਉਂਦੀ ਉੱਠ ਖੜਦੀ ਹਾਂ ਤੜਕੇ ਤੜਕੇ, ਵਿਹੜੇ ਦੇ ਵਿੱਚ ਘੁੰਮਣ ਲੱਗਦੀ ਮੈਂ ਬੱਲਿਆ ਵੇ ਸੋਟੀ ਫੜ ਕੇ, ਹੁਣ ਤੇ ਮਾਮਾ ਦਾ ਵੇ ਖੈਣੀ, ਹੁਣ ਤੇ ਮਾਮਾ ਦਾ ਵੇ ਖੈਣੀ, ਪਹਿਲਾਂ ਪਰ ਗਜੇਰਾ ਵੇ ਪੁੱਤ ਪਰਦੇਸੀਆ, ਕਦ ਪਾਏਗਾ ਤੇਰਾ, ਰੁੱਖਾਂ ਵਿੱਚ ਚੰਨ ਦੇ ਵੱਲ ਨੂੰ ਬਾਪੂ ਤੇਰਾ ਤੱਕਦਾ ਰਹਿੰਦਾ, ਰੁੱਖਾਂ ਵਿੱਚ ਚੰਨ ਦੇ ਵੱਲ ਨੂੰ ਬਾਪੂ ਤੇਰਾ ਤੱਕਦਾ ਰਹਿੰਦਾ, ਮੇਰੇ ਨਾਲ ਉਹ ਗੱਲਾਂ ਕਰਦਾ ਗੱਲਾਂ ਕਰਦਾ ਮਨ ਭਰ ਲੈਂਦਾ, ਨੀਲੋਂ ਦੇ ਬਾਪੂ ਸੋਚ ਨਾ ਇੰਨਾ, ਨੀਲੋਂ ਦੇ ਬਾਪੂ ਸੋਚ ਨਾ ਇੰਨਾ, ਆਖਾਂ ਮੈਂ ਬਥੇਰਾ ਬੇਪੁੱਤ ਪਰਦੇਸੀਆ,
ਬਾਪ ਤੇਰਾ ਮੈਨੂੰ ਕਹਿੰਦਾ ਚੱਲੀਏ ਛੱਡ ਦੇ ਹੁਣ ਤੂੰ ਚੋਰਾ ਕਰਨਾ। ਬਾਪ ਤੇਰਾ ਮੈਨੂੰ ਕਹਿੰਦਾ ਚੱਲੀਏ ਛੱਡ ਦੇ ਹੁਣ ਤੂੰ ਚੋਰਾ ਕਰਨਾ। ਪਿਛਲੀ ਉਮਰ ਦਾ ਦਰਦ ਤਾਂ ਪੈਂਦਾ ਦੁਨੀਆ ਉੱਤੇ ਆਪ ਹੀ ਜਰਨਾ। ਉਸ ਦੀ ਗੱਲ ਸੁਣ ਲੈਨੀ ਆ ਮੈਂ, ਉਸ ਦੀ ਗੱਲ ਸੁਣ ਲੈਨੀ ਆ, ਪਰ ਮਨ ਨੀ ਮੰਨਦਾ ਮੇਰਾ ਪੁੱਤ ਪਰਦੇਸੀਆ। ਕਦ ਪਾਏਗਾ ਫੇਰਾ ਇਸ ਘਰ ਨੂੰ ਮੈਂ ਛੱਡ ਨਹੀਂ ਸਕਦੀ। ਉਹ ਤੁਹਾਡੇ ਆਉਣਾ ਚਾਹੁੰਦੀ, ਉਹ ਤੁਹਾਡੇ ਆਉਣਾ ਚਾਹੁੰਦੀ, ਇਸ ਘਰ ਨੂੰ ਮੈਂ ਛੱਡ ਨਹੀਂ ਸਕਦੀ। ਲਾਡਾਂ ਨਾਲ ਕਪਾੜਿਆ ਜਿੱਥੇ ਮੈਂ ਬੇਪਤੀ ਦਾ ਇੱਕ ਰੂਪ ਗਜ਼ਲ ਹੈ। ਗੀਤ ਦੇ ਵਿੱਚ ਗਜ਼ਲ ਦੇ ਉਸਤ ਦਾ, ਸ਼ਾਇਰੀ ਦਾ ਇੱਕ ਰੂਪ ਗਜ਼ਲ ਹੈ, ਰੂਪਾਂ ਵਿੱਚ ਅਨੂਪ ਗਜ਼ਲ ਹੈ। ਸ਼ਾਇਰੀ ਦਾ ਇੱਕ ਰੂਪ ਗਜ਼ਲ ਹੈ, ਰੂਪਾਂ ਵਿੱਚ ਅਨੂਪ ਗਜ਼ਲ ਹੈ। ਇਹ ਸ਼ਬਦਾਂ ਦੀ ਸੂਖਮਤਾ ਨੂੰ ਹੋਰ ਵਧਾ ਸਕਦੀ, ਇਹ ਸ਼ਬਦਾਂ ਦੀ ਸੂਖਮਤਾ ਨੂੰ ਹੋਰ ਵਧਾ ਸਕਦੀ, ਇੱਕ ਸ਼ੇਰ ਵਿੱਚ ਸਾਰੀ ਹੀ ਕਾਇਨਾਤ ਵੀ ਆ ਸਕਦੀ, ਇੱਕ ਸ਼ੇਰ ਵਿੱਚ ਸਾਰੀ ਹੀ ਕਾਇਨਾਤ ਵੀ ਆ ਸਕਦੀ। ਇਹਦੇ ਨਾਜ਼ੁਕ ਸ਼ਬਦਾਂ ਨਾਲ ਉਸਾਰੀ ਹੁੰਦੀ ਹੈ, ਇਹਦੇ ਨਾਜ਼ੁਕ ਸ਼ਬਦਾਂ ਨਾਲ ਉਸਾਰੀ ਹੁੰਦੀ ਹੈ, ਜਿਵੇਂ ਗੀਤ ਨਾਲ ਕੋਈ ਰਿਸ਼ਤੇਦਾਰੀ ਹੁੰਦੀ ਹੈ, ਜਿਵੇਂ ਗੀਤ ਨਾਲ ਕੋਈ ਰਿਸ਼ਤੇਦਾਰੀ ਹੁੰਦੀ ਹੈ। ਹੋਰ ਮਨਾਂ ਤੱਕ ਮਨ ਆਪਣੇ ਦੀ ਗੱਲ ਪਹੁੰਚਾ ਸਕਦੀ, ਇੱਕ ਸ਼ੇਰ ਵਿੱਚ ਸਾਰੀ ਜਾਨ ਗਜ਼ਲ ਦੇ ਮਤਲੇ ਵਿੱਚ ਭਰ ਜਾਵੇ, ਸਾਰੀ ਜਾਨ ਗਜ਼ਲ ਦੀ ਮਤਲੇ ਵਿੱਚ ਭਰ ਜਾਵੇ ਸਾਰੀ, ਔਰਤ ਵਾਂਗੂ ਦੁੱਖਾਂ ਵਿੱਚ ਵੀ ਹੈ ਮੁਸਕਾ ਸਕਦੀ, ਔਰਤ ਵਾਂਗੂ ਦੁੱਖਾਂ ਵਿੱਚ ਵੀ ਹੈ ਮੁਸਕਾ ਸਕਦੀ, ਇੱਕ ਸ਼ੇਰ ਵਿੱਚ ਸਾਰੀ ਕਾਇਨਾਤ ਵੀ ਆ ਸਕਦੀ। ਜਾਂਦਾ ਏ ਰੱਚ ਹੱਟਾਂ ਦੇ ਵਿੱਚ ਇਹਦਾ ਪਿਆਰ ਜਦੋਂ ਅਖੀਰਲਾ ਬੰਦਾ, ਜਾਂਦਾ ਏ ਰੱਚ ਹੱਟਾਂ ਦੇ ਵਿੱਚ ਇਹਦਾ ਪਿਆਰ ਜਦੋਂ, ਕਾਗਜ਼ ਤੇ ਲੈ ਆਉਂਦੀ ਹੈ ਇਹ ਮਨ ਦਾ ਭਾਰ ਉਦੋਂ, ਅਰਥਾਂ ਦੇ ਨਾਲ ਕਾਗਜ਼ ਤੇ ਵੀ ਕਰਮ ਕਮਾ ਸਕਦੀ, ਇੱਕ ਸ਼ੇਰ ਵਿੱਚ ਸਾਰੀ ਕਾਇਨਾਤ ਵੀ ਆ ਸਕਦੀ, ਇੱਕ ਸ਼ੇਰ ਵਿੱਚ ਸਾਰੀ ਕਾਇਨਾਤ ਵੀ ਆ ਸਕਦੀ। ਮੈਂ ਠੀਕ ਹੈ, ਮੈਂ ਹਜੇ ਵੀ ਸਰਕਲ ਖੁੱਲਾ ਨਹੀਂ ਕਰਿਆ। ਹਾਂ ਬਸ, ਆ ਗਿਆ ਸਰ, ਮੈਂ ਆ ਦੇਖੋ ਸਰ। ਅੱਛਾ
ਕਰੂੰਗਾ ਅਕਸਰੰਗ ਮੰਚ ਦੇ ਸਾਰੇ ਜਿੰਨੇ ਵੀ ਸਾਡੇ ਕਲਾਕਾਰ ਨੇ ਉਹ ਆ ਜਾਣ ਅਕਸਰੰਗ ਮੰਚ ਵਾਲੇ, ਉਹਦੇ ਵਿੱਚ ਸੁਖਵਿੰਦਰ ਉਹਨਾਂ ਨੂੰ ਵੀ ਬੇਨਤੀ ਹੈ ਅਤੇ ਨਾਲ ਇਹਨੂੰ ਆਪਣਾ ਮੁੰਡਾ ਜਿਹੜਾ ਹਾਂ ਪਲੀਜ਼ ਹੈ ਨਾ ਉਹਦੇ ਸਾਰੇ ਆ ਜਾਓ। ਹਾਂ ਮੈਂ ਕਾਫੂਰ ਸਾਹਿਬ ਦਾ ਬਸ ਆ ਦੇਖੋ ਅਬਦੁਲ ਤੋਂ ਬਾਅਦ ਜਿਹੜੇ ਵੀ ਅਬਦੁਲ ਸਤ ਸੋਰੀ ਪਰਮਿੰਦਰ ਵੀ ਹੈ ਅਬਦੁਲ ਵੀ ਹੈ